ਅਸਲ ਦੇ ਵਿੱਚ ਜਿਹੜੇ ਲੋਕ ਬਾਹਰ ਭੱਜੇ ਫਿਰਦੇ ਆ ਸੇਵਾ ਕਰਨ ਵਾਸਤੇ, ਵੀ ਘਰ ਬਾਪੂ ਤਰਸਦਾ ਪਿਆ, ਮਾਂ ਤਰਸਦੀ ਪਈ ਹੈ, ਘਰ 'ਚ ਕੋਈ ਵੱਡਾ ਵਡੇਰਾ ਤਰਸਦਾ ਪਿਆ, ਅਤੇ ਬੰਦਾ ਬਾਹਰ ਕਰਦਾ ਫਿਰਦਾ ਸੇਵਾ, ਬਾਹਰ ਸੇਵਾ ਕਰਦਾ ਫਿਰਦਾ, ਅਤੇ ਜਦੋਂ ਉਹਨੂੰ ਸਮਝ ਆ ਗਈ ਵੀ ਮੈਂ ਬਾਹਰ ਕੋਈ ਜਾਵਾਂ, ਉਹ ਜਿਹੜਾ ਆਨੰਦ ਮੈਂ ਬਾਹਰ ਜਾ ਕੇ ਲੈਂਦਾ ਸੀ ਉਹ ਤਾਂ ਹੁਣ ਮੈਨੂੰ ਘਰੇ ਆਉਣ ਲੱਗ ਪਿਆ, ਕਿਉਂਕਿ ਪਤਾ ਲੱਗ ਗਿਆ ਵੀ ਬਾਪੂ ਦੀ ਸੇਵਾ ਵਿੱਚ ਵੀ ਆਨੰਦ ਹੈਗਾ, ਮਾਂ ਦੀ ਸੇਵਾ 'ਚ ਵੀ ਆਨੰਦ ਹੈਗਾ, ਪਰਿਵਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਨਿਭਾਉਣੀ ਵੀ ਇੱਕ ਸੇਵਾ ਵਾ। ਜਿਹੜੇ ਲੋਕ ਜ਼ਿੰਮੇਵਾਰੀਆਂ ਤੋਂ ਭਗੌੜੇ ਸੀ, ਕਈ ਬੰਦੇ ਇੱਦਾਂ ਦੇ ਵੇਖੇ ਮੈਂ ਵਿਆਹ ਕਰਾ ਕੇ ਮੁੜ ਕੇ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਗਏ ਕਿ ਪਤਾ ਕੀ ਹੁੰਦੇ ਵੀ ਮੈਂ ਤਾਂ ਹੁਣ ਰੱਬ ਪਾਉਣ ਤੁਰਿਆ ਹਾਂ। ਲਓ ਜੀ ਵਿਆਹ ਕਰਾ ਲਿਆ ਵਾ, ਹੁਣ ਰੱਬ ਉਹਨੂੰ ਇਹ ਲੱਗਦਾ ਵੀ ਕਿਸੇ ਡੇਰੇ 'ਚੋਂ ਜਾ ਕੇ ਮਿਲਣਾ ਮੈਨੂੰ, ਕਿਤੇ ਮੈਂ ਹੁਣ ਤਿਆਗੀ ਬਣ ਗਿਆ ਵਾਂ, ਸ਼ਾਇਦ ਰੱਬ ਕਿਤੇ ਬਾਹਰ ਬੈਠਾ। ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਪਰਿਵਾਰ ਹੈ ਇਹਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਇਹਨਾਂ ਨੂੰ ਸੋਹਣੀ ਕਿਰਤ ਕਰਕੇ ਪਾਲਣਾ ਵੀ ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਹੀ ਹਿੱਸਾ ਹੈ, ਬਾਹਰ ਜਾਣ ਦੀ ਲੋੜ ਨਹੀਂ। ਇਹ ਗੁਰੂ ਨਾਨਕ ਸਾਹਿਬ ਦੀ ਬੜੀ ਵੱਡੀ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਨਾ ਅਧਿਆਤਮਿਕਤਾ ਦਾ ਪਤਾ ਕੀ ਰੂਪ ਰੇਖਾ ਬਣਾਈ ਸੀ, ਕਹਿੰਦੇ ਗ੍ਰਿਸਤੀ ਬੰਦਾ ਤਾਂ ਰੱਬ ਦੇ ਨੇੜੇ ਹੋ ਹੀ ਨਹੀਂ ਸਕਦਾ, ਇਹ ਤਾਂ ਕਾਲਖ ਹੈ ਬਹੁਤ ਵੱਡੀ। ਤਾਂ ਹੀ ਤਾਂ ਜੋਗੀਆਂ ਸਵਾਲ ਕੀਤੇ ਸੀ, ਜੋਗੀ ਲੋਕਾਂ ਨੇ ਗੁਰੂ ਨਾਨਕ ਸਾਹਿਬ ਦਾ ਸਵਾਲ ਹੀ ਕੀਤਾ, ਕਹਿੰਦੇ ਦੁਨੀਆ ਸਾਗਰ ਦੁ ਤਰ ਕਹੀ ਹੈ, ਦੁਨੀਆ 'ਤੇ ਨਾ ਤਰਿਆ ਜਾਣ ਵਾਲਾ ਸਾਗਰ ਹੈ, ਕਿਉਂ ਕਰ ਪਾਈ ਹੈ ਪਾਰੋ, ਚਰਪਟ ਬੋਲੇ ਉਦੂ ਨਾਨਕ ਦੇ ਸੱਚਾ ਵਿਚਾਰੋ। ਪਾਤਸ਼ਾਹ ਕਹਿੰਦੇ ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ, ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੇ। ਉਹ ਕਹਿੰਦੇ ਦੁਨੀਆ 'ਤੇ ਨਾ ਤਰਿਆ ਜਾਣ ਵਾਲਾ ਸਾਗਰ ਹੈ, ਇਹਨੂੰ ਕਿੱਦਾਂ ਤਰਿਆ ਜਾ ਸਕਦਾ, ਤੁਸੀਂ ਆਉਂਦੇ ਹੋ ਗ੍ਰਿਸਤ ਵਿੱਚ ਰਹਿ ਕੇ ਬੰਦਾ ਰੱਬ ਦੀ ਪ੍ਰਾਪਤੀ ਕਰ ਲੂ, ਕਿੱਦਾਂ ਕਰ ਲੂਗਾ ਜੀ, ਗ੍ਰਿਸਤ ਵਿੱਚ ਰਹਿ ਕੇ ਤਾਂ ਮਨ ਕਾਲਾ ਹੋ ਜਾਣਾ। ਅਤੇ ਪਾਤਸ਼ਾਹ ਦਾ ਜਵਾਬ ਕੀ ਸੀ ਭਲਾ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿ ਸਾਣੇ। ਪਾਤਸ਼ਾਹ ਕਹਿੰਦੇ ਮੁਰਗਾ ਵੀ ਵੇਖੀ ਕਦੀ, ਰਹਿੰਦੀ ਪਾਣੀ 'ਚ ਆਓ, ਪਰ ਕਮਾਲ ਦੀ ਗੱਲ ਹੈ ਆਪਣੇ ਖੰਭਾਂ ਨੂੰ ਪਾਣੀ ਨਹੀਂ ਲੱਗਣ ਦਿੰਦੀ, ਜਦੋਂ ਉੱਡਣਾ ਹੁੰਦਾ ਇੱਕ ਮਿੰਟ 'ਚ ਉੱਡ ਜਾਂਦੀ ਆ। ਦੂਜੇ ਬੰਨੇ ਕਾਂ ਵੇਖੋ ਭਲਾ, ਕਾਂ ਨਹੀਂ ਉੱਡ ਸਕਦਾ ਕਿਉਂਕਿ ਉੱਥੇ ਖੰਭ ਗਿੱਲੇ ਹੋ ਜਾਂਦੇ ਆ। ਪਾਤਸ਼ਾਹ ਕਹਿੰਦੇ ਮੁਰਗਾਬੀ ਦੀ ਤਰ੍ਹਾਂ ਮੇਰਾ ਸਿੱਖ ਰਹੂ ਗ੍ਰਸਤ ਵਿੱਚ ਹੀ, ਪਰਿਵਾਰ 'ਚ ਰਹੂਗਾ, ਮਾਂ ਬਾਪ ਭੈਣ ਬੱਚੇ ਪੁੱਤਰ ਧੀਆਂ ਸਮਾਜ ਵਿੱਚ ਰਹੂਗਾ, ਇਹੋ ਪਾਤਸ਼ਾਹ ਤਾਂਹੀਓ ਅਤੇ ਪਾਤਸ਼ਾਹ ਨੇ ਗ੍ਰਸਤ ਨੂੰ ਪਹਿਲ ਦਿੱਤੀ। ਤੁਸੀਂ ਵੇਖਿਓ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਵੇਖੋ, ਗੁਰੂ ਨਾਨਕ ਸਾਹਿਬ ਖੁਦ ਗ੍ਰਸਤੀ ਨੇ, ਉਹਨਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ, ਇਹ ਨਹੀਂ ਕਿਹਾ ਤੁਸੀਂ ਆਪਣੇ ਪਰਿਵਾਰ 'ਚ ਨਾ ਜਾਓ, ਨਹੀਂ ਤਾਂ ਪਹਿਲਾਂ ਧਰਮ ਦੀ ਫਿਲੋਸਫੀ ਇਹ ਮੰਨੀ ਗਈ ਸੀ ਵੀ ਗ੍ਰਸਤ ਵਿੱਚ ਤੁਸੀਂ, ਅੱਜ ਵੀ ਤੁਸੀਂ ਇਸ ਭਾਰਤ ਦੇਸ਼ ਵਿੱਚ ਜਿੰਨੇ ਵੀ ਸਾਧੂ ਸੰਨਿਆਸੀ ਵੇਖੋਗੇ ਨਾ, ਬਹੁਤੇ ਤੁਹਾਨੂੰ ਕਿਹੜੇ ਮਿਲਣਗੇ ਭਲਾ, ਜਿਹੜੇ ਨੇ ਵਿਆਹ ਬੋਲੋ ਜੀ ਨਹੀਂ ਕਰਾਇਆ। ਉਹਨਾਂ ਦੇ ਮੁਤਾਬਕ ਪਤਾ ਕੀ ਆ ਵੀ ਜਿਹੜਾ ਬੰਦਾ ਰੱਬ, ਜਿਹੜਾ ਬੰਦਾ ਵਿਆਹਿਆ ਗਿਆ ਉਹ ਤਾਂ ਰੱਬ ਤੋਂ ਦੂਰ ਹੋ ਗਿਆ, ਅਤੇ ਜੇ ਗੁਰੂ ਨਾਨਕ ਸਾਹਿਬ ਗ੍ਰਸਤੀ ਹੋ ਕੇ ਰੱਬ ਦੇ ਨੇੜੇ ਆ, ਕਲਗੀਧਰ ਪਾਤਸ਼ਾਹ ਗ੍ਰਸਤੀ ਹੋ ਕੇ ਪਰਮੇਸ਼ੁਰ ਦਾ ਰੂਪ ਬਣ ਕੇ ਸਮਾਜ ਵਿੱਚ ਵਿਚਰੇ ਆ, ਇਸ ਗੱਲ ਨੂੰ ਪਰ ਸਿੱਖ ਇਸ ਗੱਲ ਨੂੰ ਸਮਝ ਹੀ ਨਹੀਂ ਸਕਿਆ। ਸਿੱਖ ਅੱਜ ਉਹਨਾਂ ਕੋਲ ਤੁਰਿਆ ਫਿਰਦਾ ਜਿਹੜੇ ਗ੍ਰਸਤ ਤੋਂ ਕੋਹਾਂ ਦੂਰ ਜਾ ਕੇ ਬੈਠੇ ਹੋਏ, ਸਿੱਖ ਇਸ ਘੁੰਡੀ ਨੂੰ ਨਹੀਂ ਸਮਝ ਸਕਿਆ ਆਪਣੀਆਂ। ਇਹ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੱਸੂਗੀ ਨਾ, ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ, ਕਾਹੇ ਪੂਤ ਝਗੜਤ ਹੋ ਸੰਗ, ਬਾਪ ਜਿਣ ਕੇ ਜਣੇ ਤਿੰਨ ਸਿਓ ਝਗੜਤ ਪਾਪ। ਇਹ ਕੋਈ ਇੱਕ ਦਿਨ ਨਹੀਂ ਹੋਇਆ, ਇਸ ਵਿਸ਼ੇ ਨੂੰ ਪ੍ਰਚਾਰਨ ਵਾਸਤੇ ਅਗਲਿਆਂ ਨੂੰ ਬਹੁਤ ਲੰਬਾ ਟਾਈਮ ਲੱਗਾ, ਅੱਜ ਸਿੱਖ ਨੂੰ ਸਮਝਾਉਣਾ ਪੈ ਰਿਹਾ ਸਾਧ ਸੰਗਤ ਜੀ। ਕਮਾਲ ਦੀ ਗੱਲ ਤੁਸੀਂ ਵੇਖੋ, ਡੇਰੇਦਾਰਾਂ ਦੇ ਹੱਕ ਵਿੱਚ ਭੁਗਤ ਕੌਣ ਰਿਹਾ, ਗ੍ਰਸਤੀ ਬੰਦਾ, ਜਿਹੜੇ ਬੱਚਿਆਂ ਵਾਲੇ ਆ ਪਰਿਵਾਰ ਵਾਲੇ। ਅੱਛਾ ਜੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਸੱਚੀ ਆਪਣੇ ਬਾਬਾ ਜੀ ਨੂੰ ਮੰਨਦੇ ਹੋ ਨਾ, ਅਤੇ ਫਿਰ ਪਰਿਵਾਰ ਛੱਡੋ ਆਪਣਾ ਤੁਸੀਂ ਵੀ, ਜੇ ਤੁਸੀਂ ਆਪਣੇ ਬਾਬਾ ਜੀ ਦੀ ਹਰ ਸਿੱਖਿਆ ਨੂੰ ਮੰਨਦੇ ਹੋ ਤਾਂ ਤੁਹਾਡੇ ਬਾਬਾ ਜੀ ਦੇ ਵਿਆਹ ਨਹੀਂ ਕਰਾਇਆ, ਹੁਣ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਪੁੱਤ ਅੱਗੇ ਤੁਸੀਂ ਵੀ ਹੋਣਾ, ਬੋਲੋ ਪਿਆਰਿਓ। ਫਿਰ ਹੁਣ ਜਾਂ ਤਾਂ ਉਹ ਸਿੱਖਿਆ 'ਤੇ ਅਮਲ ਕਰੋ, ਅਸੀਂ ਤਾਂ ਆਪਣੇ ਗੁਰੂ ਦੀ ਸਿੱਖਿਆ ਉੱਤੇ ਅਮਲ ਕਰਦੇ ਹਾਂ, ਕਿਉਂਕਿ ਸਾਡਾ ਗੁਰੂ ਜੀ ਸਮਝਾਉਂਦੇ ਆ ਵੀ ਜੋਗ ਨਾ ਭਗਵੀਂ ਕੱਪਣੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਆ ਸਤਿਗੁਰ ਕਹਿ
ਉਪਦੇਸ਼। ਇਸ ਕਰਕੇ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚ ਹੋਵੇ ਮੁਕਤ। ਇਸ ਕਰਕੇ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ, ਸਮਝਾਉਂਦੇ ਨੇ ਸਿੰਚਨਾ ਰੇਖ ਕੇ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ, ਸਗਲ ਬਨਸਪਤਾਨ ਜੜਾਈ, ਸਗਲੀ ਫੁੱਲੀ ਨੇ ਫਲ ਨਾ ਕਾਈ, ਸਾਰੀ ਬਨਸਪਤੀ ਜੜੀ ਹੋਈ ਆ, ਸਾਰੀ ਫਲ ਸਹਿਤ ਵਾਕੇ ਸੋ ਕੋਈ ਫਲ ਤੋਂ ਰਹਿਤ ਨਹੀਂ। ਹਾਂ, ਜਿਨ੍ਹਾਂ ਨੇ ਵਿਚਾਰ ਕੀਤੀ ਉਹਨਾਂ ਨੂੰ ਅੰਮ੍ਰਿਤ ਦਾ ਫਲ ਲੱਗਾ ਵਾ, ਜਿਹੜੇ ਵਿਚਾਰ ਤੋਂ ਭਗੌੜੇ ਹੋ ਗਏ ਉਹਨਾਂ ਨੂੰ ਜ਼ਹਿਰ ਦੇ ਫਲ ਲੱਗੇ ਹੋਏ ਨੇ। ਪਾਤਸ਼ਾਹ ਜੀ ਅਖੀਰ 'ਤੇ ਕਹਿੰਦੇ ਨੇ ਅੰਮ੍ਰਿਤ ਫਲ ਨਾਮ ਜਿਨ ਗੁਰ 'ਤੇ ਪਾਇਆ, ਜਿਸ ਜਿਸ ਨੇ ਵੀ ਅੰਮ੍ਰਿਤ ਨਾਮ ਫਲ ਗੁਰੂ ਕੋਲੋਂ ਪ੍ਰਾਪਤ ਕਰ ਲਿਆ, ਨਾਨਕ ਦਾਸ ਤਰੀ ਤਿੰਨ ਮਾਇਆ।